ਹੋ ਜਾਂਦੀ ਹੈ, ਜਲਨ ਦੂਰ ਹੋ ਜਾਂਦੀ ਹੈ, ਜਾਂ ਥੋੜਾ ਜਮਾ ਹੀ ਖਤਮ ਕਰ ਦਿੱਤਾ ਜਾਵੇ। ਜੀਵਨ ਮੁਕਤ ਅਵਸਥਾ ਜਿਹੜੀ ਹੈ, ਸਰੀਰ ਰੂਪੀ ਥੋੜਾ ਜਿਹੀ ਇਹਦੇ ਵਿੱਚੋਂ ਬੇਹੰਗਤਾ ਤੇ ਮਮਤਾ ਦੀ ਨਸ਼ਟ ਹੋ ਚੁੱਕੀ ਹੁੰਦੀ ਹੈ। ਬ੍ਰਹਮਤਾ ਸਦਰਮ ਮਮਤਾ ਇਕੱਠੇ ਪੈ ਚੌਂਕ ਖੜੀ, ਉਹਦੇ ਵਿੱਚ ਉਹਨਾਂ ਦੀ ਸਥਿਤੀ ਰਹਿੰਦੀ ਹੈ। ਬਾਕੀ ਜਿਸ ਵਕਤ ਪ੍ਰਾਰਭ ਸ਼ਾਂਤ ਹੁੰਦੀ ਹੈ, ਉਸ ਮੌਕੇ ਇਹ ਥੋੜਾ ਜਮਾ ਹੀ ਦਿਸਣ ਹਟ ਜਾਂਦਾ। ਜਾਂ ਕੱਲ ਇੱਕ ਦਰਖਤ ਹੈ, ਉਹ ਖੜਾ ਹੈ, ਉਹਦੀ ਜੜਾਂ ਕੱਟ ਦਿੱਤੀਆਂ, ਕੁਝ ਦਿਨ ਵਾਸਤੇ ਉਪਰੋਂ ਹਰਾ ਖੜਾ ਦਿੰਦਾ ਹੈ, ਪਰ ਦਰਅਸਲ ਉਹ ਮਰ ਚੁੱਕਾ ਹੈ। ਉਹਨੂੰ ਹੇਠੋਂ ਸੰਜੀਵਨੀ ਦੇਣ ਵਾਲਾ ਪਾਣੀ ਵਗੈਰਾ ਨਹੀਂ ਮਿਲ ਰਿਹਾ। ਇਸੇ ਤਰ੍ਹਾਂ ਹੀ ਉਹਦਾ ਸਰੀਰ ਕੁਛ ਦਿਨ ਪੀਂਦਾ ਹੁੰਦਾ ਹੈ, ਜਦੋਂ ਵਧੇ ਅਵਸਥਾ ਆਉਂਦੀ ਹੈ, ਇਹਨੂੰ ਛੱਡ ਭਰਾ ਹੋ ਜਾਏ ਵੀ ਦਿਸਣੋਂ ਹਟ ਜਾਂਦਾ। ਇਹ ਉਹ ਕਹਿ ਲਓ ਜਿਵੇਂ ਰਸੀ ਇੱਕ ਰੱਸੀ ਹੈ, ਇੱਕ ਫੁੱਗੀ ਪਈ ਹੈ, ਪਰ ਉਹਨੂੰ ਵਟੋ ਵੀ ਚੜੇ ਹੋਏ ਹਨ। ਦੇਖਣ ਵਾਲੇ ਨੂੰ ਦੀਂਦੀ ਹੈ, ਪਰ ਉਹਦੇ ਵਿੱਚ ਜਾਨ ਨਹੀਂ, ਕੁਛ ਕਾਰਜ ਨਹੀਂ ਸਿੱਧ ਕਰਦੀ। ਪਰ ਜਦੋਂ ਹਵਾ ਆਉਂਦੀ ਹੈ, ਉਸ ਰੱਸੀ ਜਿਹੜੀ ਫੁੱਗੀ ਪਈ ਹੈ ਉਹਨੂੰ ਉਡਾ ਕੇ ਲੈ ਜਾਂਦੇ ਹੋ, ਫਿਰ ਵੀ ਉਹ ਦਿਸਣੋਂ ਹੀ ਹਟ ਜਾਂਦੀ ਹੈ। ਕਹਿੰਦੇ ਉਹ ਕਹਿ ਲਓ ਜਿਵੇਂ ਇਹ ਕੱਪੜਾ ਹੈ, ਥਾਨ ਹੈ, ਉਹ ਫੁੱਗਿਆ ਅੱਗ ਲੱਗ ਕੇ, ਪਰ ਤਹਿਆਂ ਉਹ ਵੀ ਪਈਆਂ ਨੀਂਦੀਆਂ ਹਨ। ਦੇਖਣ ਵਾਲਿਆਂ ਨੂੰ ਨੀਂਦੀਆਂ ਜ਼ਰੂਰ ਹਨ, ਪਰ ਜਦੋਂ ਹਵਾ ਆਉਂਦੀ ਹੈ ਉਹ ਤਿਆਂ ਵੀ ਦਿਸਣੋਂ ਹਟ ਜਾਂਦੀਆਂ। ਇਸੇ ਤਰ੍ਹਾਂ ਜਾਂ ਇੱਕ ਕਹਿ ਲਓ ਦਾਣਾ ਭੁੱਜ ਗਿਆ, ਦੇਖਣ ਨੂੰ ਆ ਜਿਹਾ ਹੀ ਲੱਗਦਾ ਹੈ, ਉਹਦੇ ਜਾਣ ਭੁੱਜਿਆ ਹੁੰਦਾ ਹੈ, ਪਰ ਉਹਦੇ ਵਿੱਚ ਜੰਮਣ ਦੀ ਸ਼ਕਤੀ ਨਹੀਂ ਹੁੰਦੀ। ਕਿੰਨੀ ਗਿਲਵੀ ਛਿੜ ਦੋ, ਜੰਮੇਗਾ ਨਹੀਂ। ਇਸੇ ਤਰ੍ਹਾਂ ਜਿਸ ਦੀ ਬੇਅੰਗਤਾ ਦੀ ਮਮਤਾ ਨਸ਼ਟ ਹੋ ਗਈ ਹੈ, ਆਤਮ ਬ੍ਰਹਮਤਾ ਬ੍ਰਹਮਤਾ ਵਿੱਚ ਸਥਿਤੀ ਜੀ ਦੀ ਹੈ, ਦੇਖਣ ਮਾਤਰ ਸਰੀਰ ਕੁਝ ਦਿਨ ਹੈ, ਜਦੋਂ ਪ੍ਰਾਰਭ ਖਤਮ ਹੋ ਜਾਂਦੀ ਹੈ ਉਹ ਵੀ ਸ਼ਾਂਤ ਹੋ ਜਾਂਦੀ, ਉਨੀ ਦੇਰ ਤੱਕ ਇਹਦੀ ਕੁਛ ਕਿਰਿਆ ਜੀ ਨਜ਼ਰ ਆਉਂਦੀ ਹੁੰਦੀ ਹੈ। ਇਸ ਕਰਕੇ ਉਸ ਅਵਸਥਾ ਨੂੰ ਮਹਾਤਮਾ ਕਿਉਂ ਚਾਹੁੰਦੇ ਹਨ, ਜਿੰਨੀ ਦੇਰ ਸਰੀਰ ਚ ਪ੍ਰਾਣ ਚੱਲਦੇ ਹਨ ਕੁਛ ਨੂੰ ਕੁਛ ਇਹਦੀ ਕਿਰਿਆ ਵੀ ਕਰਨੀ ਪੈਂਦੀ ਹੈ। ਖਾਣਾ ਪੀਣਾ, ਹੋਰ ਸਰੀਰ ਦੀ ਸਾਰੀ ਕਿਰਿਆ, ਨਹਾਉਣਾ ਧੋਣਾ ਆਦਿ ਇਹੋ ਜਿਹਾ ਕੁਛ ਕਰਨਾ ਪੈਂਦਾ। ਪਰ ਜਿਸ ਵਕਤ ਵਧੇ ਅਵਸਥਾ ਆਉਂਦੀ ਹੈ, ਇਹ ਵੀ ਤਤਮ ਹੋ ਜਾਂਦਾ, ਝਗੜਾ ਝਟਾ ਮੁੱਕ ਜਾਂਦਾ। ਆਮ ਦੁਨੀਆਂ ਮਰਦੀ ਹੈ, ਸੰਤ ਉਪਾਧੀ ਲਾਉਂਦੇ ਹੁੰਦੇ ਹਨ, ਯਾਨੀ ਦੁੱਖਾਂ ਨੂੰ ਲਾਉਂਦੇ ਹਨ। ਇਸ ਕਰਕੇ ਸਾਧ ਸੰਤ ਇਸ ਦਿਨ ਸਰੀਰ ਨੂੰ ਛੱਡ ਕੇ ਜਿਉਂ ਜਲਮੇ ਜਲਾਇਆ ਖਟਾਨਾ ਜੋਤੀ ਸੰਗ ਜੋਤ ਸੰਗ, ਇਸ ਰਸਤਾ ਨੂੰ ਪ੍ਰਾਪਤ ਹੁੰਦੇ ਹਨ। ਜਿਉਂ ਨਾਮ ਅਭਿਆਸ ਦੀ ਕਮਾਈ ਕਰਕੇ ਸਤਸੰਗ ਦੁਆਰਾ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਮਾਨਸਤਮ ਦਾ ਅਸਲ ਪਰਮ ਧਰਮ ਇਹੀ ਹੈ। ਹੁਣ ਸਾਰੀ ਸੰਗਤ ਨੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲਣਾ, ਮੈਨੂੰ ਪਤਾ ਸਾਰੇ ਪ੍ਰੇਮੀ ਬਹੁਤ ਇਲਾਕੇ ਨੇ, ਮੇਰੇ ਪਾਸ 50-60 ਇਲਾਕੇ ਲਿਖੇ ਹੋਏ। ਵਕਤ ਨੇ ਕੁਛ ਇਲਾਕਿਆਂ ਨੂੰ ਦੇ ਦਿੱਤਾ ਸੀ, ਕਿਉਂਕਿ ਸਤਿ ਸ਼੍ਰੀ ਨਾਰਾਇਣ ਦੇ ਪੁੰਨਿਆ ਮਹੀਨੇ ਪਿੱਛੇ ਵਕਤ ਪਹਿਲਾਂ ਮਿਲਦਾ ਸੁਣਾਈਦਾ ਹੁੰਦਾ। ਵਕਤ ਦੇ ਚੁੱਕਾ ਸੀ, ਲੇਕਿਨ ਕੁਛ ਵਾਹਿਗੁਰੂ ਦੇ ਐਸੀ ਹੀ ਮਰਜ਼ੀ, ਇਹ ਸਰੀਰ ਨੂੰ ਕੁਛ ਆਰਾਮ ਦੇਣਾ, ਉਸਨੇ ਇਸ ਬਹਾਨੇ ਹੋਰ ਤੋਂ ਕੋਈ ਉਪਾਅ ਨਹੀਂ, ਆਰਾਮ ਮਿਲਣ ਦਾ ਸਤਸੰਗ, ਕੋਈ ਛੁੱਟੀ ਨਹੀਂ, ਕੋਈ ਐਤਵਾਰ ਨਹੀਂ, ਕੋਈ ਹੋਰ ਕੁਛ ਨਹੀਂ। ਇੱਥੇ ਹੋਈਏ, ਬਾਹਰਲੇ ਮੁਲਕ ਚ ਹੋਈਏ, ਸ਼ਹਿਰਾਂ ਚ ਹੋਈਏ, ਰੋਜ਼ ਕੋਈ ਛੁੱਟੀ ਨਹੀਂ, ਹੋਰ ਲੋਕਾਂ ਨੂੰ ਛੁੱਟੀਆਂ ਗਈਆਂ, ਪਰ ਇਹਨੂੰ ਛੁੱਟੀ ਜਾਂ ਅੱਗੇ ਕਿਤੇ ਕਤਾਈ ਜ਼ੁਕਾਮ ਜ਼ੁਕੂਮ ਵੀ ਕਦੇ ਦਿੰਦਾ ਹੋ ਜਾਂਦਾ, ਇਹ ਉਹ ਦਿਨ ਛੁੱਟੀ ਦਾ ਹੁੰਦਾ। ਹੁਣ ਵਾਹਿਗੁਰੂ ਨੇ ਕਿਉਂਕਿ ਪੁਰਾਣਾ ਹੋ ਗਿਆ ਨਾ, 70 ਸਾਲ ਦੀ ਉਮਰ ਹੋ ਗਈ, ਹੁਣ ਪੁਰਾਣਾ ਹੋਣ ਕਰਕੇ ਵਾਹਿਗੁਰੂ ਜ਼ਿਆਦਾ ਛੁੱਟੀਆਂ ਦੇਣ ਲੱਗ ਗਏ। ਇਸ ਕਰਕੇ ਉਹ ਗੱਲ ਕੁਛ ਨਹੀਂ ਹੈ, ਦੁੱਖ ਨਹੀਂ, ਤਕਲੀਫ ਨਹੀਂ, ਉਹ ਛੁੱਟੀ ਹੈ ਰੈਸਟ ਦੇਣ ਵਾਸਤੇ ਵਾਹਿਗੁਰੂ ਨੇ ਖੇਲ ਰੱਖਿਆ ਹੋਇਆ। ਉਤਨੀ ਦੇਰ ਤੱਕ ਅਜੇ ਸ਼ਾਂਤੀ ਰੱਖੋ ਸਾਰੇ, ਜਿੰਨੀ ਦੇਰ ਤੱਕ ਇਹ ਅੱਛੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ। ਯਾਦ ਮੇਰੇ ਸਭ ਕੁਛ ਹੈ, ਮੇਰੇ ਪਾਸ ਸਭ ਦੀ ਲਿਸਟ ਪਈ ਹੋਈ ਹੈ, ਇਸ ਕਰਕੇ ਇਸ ਗੱਲ ਦੀ ਖਿਮਾ ਕਰੋ, ਕਿਉਂਕਿ ਉਹਨਾਂ ਨੂੰ ਵਕਤ ਨਹੀਂ ਮਿਲਦਾ ਅਤੇ ਇਹਨੂੰ ਰੈਸਟ ਦੇਣ ਵਾਸਤੇ।
ऊंचों के समान ये जाओ दंदाश करके गुरु स्तोत्र पढ़ो। धन है धन है धन है।